ਤੁਹਾਡਾ ਕੀ ਨਾਂ ਜੇ? ਸੰਤੋਖ ਸਿੰਘ। ਅੱਛਾ, ਆਹ ਕਿਹੜਾ ਪਿੰਡ ਜਿੱਥੇ ਮੇਲੇ 'ਚ ਆਏ ਜੇ? ਜੱਲੂਪੁਰ ਖੇੜੇ। ਆਹ ਜੱਲੂਪੁਰ ਖੇੜਾ ਆ? ਹਾਂਜੀ। ਅੱਛਾ, ਅਤੇ ਤੁਸੀਂ ਕੀ ਕੰਮ ਕਰਦੇ ਜੇ? ਅਸੀਂ ਕਰਦੇ ਹਾਂ ਆਪਣੇ ਆਪ ਪਕਾਨੇ ਵੇਚਦੇ। ਹਾਂਜੀ, ਪਕਾਨੇ ਬੱਚਿਆਂ ਨੂੰ ਵੇਚਦੇ। ਹਾਂਜੀ। ਅੱਛਾ, ਆਪਾਂ ਪਕਾਨੇ ਬੱਚਿਆਂ ਨੂੰ ਵੇਚਦੇ ਆ। ਅਤੇ ਤੁਹਾਡੀ ਉਮਰ ਕਿੰਨੀ ਕੁ ਹੋ ਗਈ ਆ? 70। ਕਿੰਨੀ ਉਮਰ ਹੋ ਗਈ ਤੁਹਾਡੀ? 70। 70 ਸਾਲ। ਇਸ ਤੋਂ ਪਹਿਲਾਂ ਕੀ ਕੰਮ ਕਰਦੇ ਹੋ? ਬੋਰਾਂ ਦਾ। ਬੋਰਾਂ ਦਾ ਕਿ ਆਟੋ ਦਾ? ਨਲਕਿਆਂ ਦਾ। ਅੱਛਾ, ਨਲਕੇ ਵੀ ਲਾਉਂਦੇ? ਹਾਂ, ਨਲਕੇ ਲਾਉਂਦੇ। ਪਿੱਛੇ ਲਾਉਂਦੇ ਰਹੇ। ਆਹ ਨਲਕੇ ਸਾਰੇ ਸਾੜੇ ਲੱਗੇ ਆ। ਆਹ ਨਲਕੇ ਸਾੜੇ ਲੱਗੇ ਸਾਰੇ। ਅੱਛਾ। ਹਾਂਜੀ, ਆਹ ਸਾਰੇ ਨਲਕੇ ਤੁਸੀਂ ਲਾਏ? ਕਿਹੜੇ ਕਿਹੜੇ ਪੁਰਾਣੇ ਹੱਥਾਂ ਨਲਕੇ ਗੇੜਦੇ ਉਹ ਨਲਕੇ ਬੋਰਾਂ ਕਰਦੇ ਹੋ? ਹਾਂਜੀ। ਅਤੇ ਹੁਣ ਬੋਰਾਂ ਸਮਾਨ ਵੇਚਤਾ? ਉਹ ਵੇਚਤਾ। ਉਹ ਬੰਦਾ ਮਰ ਗਿਆ ਸਾਡਾ। ਉਹ ਕਿੱਦਾਂ? ਕੋਪੀ ਵੱਜ ਗਈ ਸਾਡੇ। ਅੱਛਾ ਅੱਛਾ ਅੱਛਾ। ਅਤੇ ਇਹ ਕਿੰਨੇ ਕੁ ਦਾ ਸਮਾਨ ਲਿਆ ਤੁਸੀਂ ਸਾਰਾ? ਇਹ ਲਿਆ 2000 ਦਾ। 2000 ਦਾ ਸਮਾਨ? ਪੈਸੇ ਫਿਰ ਜਮ੍ਹਾਂ ਰੱਖਦੇ ਜੀ ਆਪਣੇ? ਆਹ ਖਰਚਾ ਹੁੰਦਾ। ਅੱਛਾ, ਅਤੇ ਇਹ ਤੋਂ ਰੋਟੀ ਪਾਣੀ ਬਚਦਾ? ਰੋਟੀ ਪਾਣੀ ਬਚਦਾ ਫੁੱਲ। ਕਿੱਦਾਂ? 5000 ਦਾ ਪਾਇਆ ਵਾ। ਅੱਛਾ, 5000 ਕਮਾਈ ਦਾ। 2000 ਦਾ ਸੌਦਾ ਪਾਇਆ? ਨਹੀਂ, ਇੱਥੇ 5000 ਕਮਾ ਲਈਦਾ ਆ। ਹਾਂ, ਅਤੇ 5000 ਕਿੰਨੇ ਕੁ ਦਿਨਾਂ 'ਚ ਕਮਾ ਲੈਂਦੇ? ਇਹ ਆ ਜਾਂਦਾ 350 400 ਰੋਜ਼ ਦਾ। 300-400 ਰੋਜ਼ ਦੀ ਸੇਲ ਤੁਹਾਡੀ ਹੁੰਦੀ? ਹਾਂਜੀ। ਅਤੇ ਉਹਦੇ ਨਾਲ ਤੁਸੀਂ 300-400 ਸੇਲ ਦੇ ਵਿੱਚ ਆਪਣਾ ਘਰ ਦਾ ਗੁਜ਼ਾਰਾ? ਤੁਸੀਂ ਅਤੇ ਹੋਰ ਕੌਣ ਕੌਣ ਜਿਹੜੇ ਤੁਸੀਂ ਪਾਲਦੇ ਜੇ? ਸਾਡੇ ਆ ਕੱਪੜੇ ਵਾ ਮੇਰਾ। ਨਹੀਂ, ਤੁਸੀਂ ਕਿੰਨੇ ਪਰਿਵਾਰ ਨੂੰ ਇਸ ਵੇਲੇ ਪਾਲਦੇ? ਅਸੀਂ ਦੋ। ਦੋ ਜੀ ਤੁਸੀਂ ਹੈਗੇ? ਹਾਂ। ਬਾਕੀ ਬੱਚੇ ਬੁੱਚੇ ਅੱਡ ਆ? ਬੱਚੇ ਨਾਲ ਆ, ਦੋ ਬੱਚੇ। ਉਹਨਾਂ ਨੂੰ ਉਹਨਾਂ ਰੋਟੀ ਤੁਸੀਂ ਦਿੰਦੇ? ਹਾਂ। ਉਹ ਆਪ ਨਹੀਂ ਕਮਾਉਂਦੇ? ਅਸੀਂ ਦਿੰਦੇ ਹਾਂ ਟੈਂਪੂ ਦੇ ਕੇ, 3.5 ਲੱਖਦਾ ਤੁਹਾਂ? ਅੱਛਾ, ਨਹੀਂ ਤੁਸੀਂ ਤੁਹਾਡੇ ਨਾਲ ਬੱਚੇ ਰਹਿੰਦੇ ਹੋ? ਆਹ ਰਹਿੰਦੇ। ਅਤੇ ਮਤਲਬ ਉਹ ਕਮਾਈ ਨਹੀਂ ਕਰਦੇ? ਉਹ ਹਜੇ ਨਾਲ ਜਾਂਦਾ ਪਿਓ ਦੇ ਮੁੰਡਾ, ਪੋਤਾ ਮੇਰਾ। ਤੁਹਾਡੇ ਪੋਤਰੇ ਆ? ਹਾਂ। ਅੱਛਾ, ਪੋਤਰਿਆਂ ਨੂੰ ਵੀ ਤੁਸੀਂ ਪਾਲਦੇ ਜੀ? ਹਾਂ। ਪੜ੍ਹਦੇ ਵੀ ਆ? ਨਾ, ਉਹ ਟੈਂਪੂ ਜਾਂਦਾ ਚਲਾਉਂਦੇ ਆ। ਉਹ ਪੈਸੇ ਲੈ ਕੇ ਤੁਹਾਨੂੰ ਦਿੰਦੇ ਕਿ ਹੋਰ ਕਿਸੇ ਨੂੰ? ਉਹ ਆਪਣਾ ਖਰਚਾ ਕਰਦੇ। ਅੱਛਾ, ਯਾਨੀ ਕਿ ਜਿਹੜਾ ਤੁਹਾਡਾ ਕੰਮ ਆ, ਤੁਸੀਂ ਮੇਲਿਆਂ 'ਤੇ ਵੀ ਜਾਂਦੇ ਜੇ? ਹਾਂ, ਮੇਲਿਆਂ 'ਤੇ ਜਾਂਦੇ ਜੇ। ਅਤੇ ਪਿੰਡਾਂ 'ਚ ਵੀ ਫੇਰੀ ਲਾਉਂਦੇ? ਪਿੰਡਾਂ 'ਤੇ ਫੇਰੀ ਲਾਈ ਸੀ। ਅੱਛਾ, ਗਲਾ ਝੰਡੇਰ। ਅਤੇ ਇੰਨੀ ਉਮਰ ਜੇ ਵੱਡੀ ਹੋ ਗਈ ਆ, ਅਤੇ ਡਰੀ ਸਾਈਕਲ ਚਲਾਉਂਦੇ, ਡਰ ਡਰ ਤਾਂ ਨਹੀਂ ਆਉਂਦਾ? ਨਾ। ਕੀ ਲੱਗਦਾ ਆ? ਹਾਂਜੀ, ਕੀ ਲੱਗਦਾ ਤੁਹਾਨੂੰ? ਤੁਹਾਨੂੰ ਠੀਕ ਆ, ਫੇਰ ਸਾਡੀ ਠੀਕ ਆ। ਚਲੋ, ਵਾਹਿਗੁਰੂ ਜੀ ਨੇ ਜਦ ਸਿਹਤ ਦਊਗਾ ਕੰਮ ਕਰੀ ਜਾਓਗੇ। ਹਾਂ, ਮਾਲਕ ਦੀ ਮਿਹਰ ਆ। ਠੀਕ ਆ, ਲੱਖ ਦਾਤੇ ਦੀ, ਲੱਖ ਦਾਤੇ ਦੀ ਮਿਹਰ ਆ। ਉੱਥੇ ਵਿਸ਼ਵਾਸ ਆ ਪਰਮਾਤਮਾ ਦੇ, ਇਹ ਚੀਜ਼ ਹੀ ਆ। ਅੱਛਾ, ਇਹਦੀ ਆਸ ਤੁਰੇ ਫਿਰਦੇ? ਹਾਂ। ਤੁਹਾਡਾ ਨਾਂ ਕੀ ਆ? ਸੰਤੋਖ ਸਿੰਘ। ਅੱਛਾ, ਸੰਤੋਖ ਸਿੰਘ ਜੀ ਦੇ ਮਨ ਦੇ ਤੇ ਲੱਖਾਂ ਦਾਤੇ ਨੂੰ ਜੀ। ਹਾਂ। ਗੁਰਦੁਆਰਾ ਸਾਹਿਬ ਨਹੀਂ ਜਾਂਦੇ? ਜਾਈਦਾ ਵਾ, ਭਾਂਡਿਆਂ ਦੀ ਸੇਵਾ ਕਰੀ ਜੀ। ਭਾਂਡੇ ਗੁਰੂ ਘਰ ਜਾਂਦੇ ਜੀ, ਮੱਥਾ ਟੇਕਦੇ? ਹੈਗੇ ਸਿੱਖ ਜੇ? ਹਾਂ। ਉਹਨਾਂ ਨੂੰ ਮੰਨਦੇ ਪੂਰਾ? ਹਾਂ, ਦਿਲੋਂ ਪੂਰਾ ਮੰਨਦੇ? ਹਾਂ। ਅੱਛਾ, ਇਹ ਬਾਬਾ ਜੀ ਦੀ ਮੂਰਤ ਵੈਸੇ ਗੱਲ 'ਚ ਪਾਈ ਆ? ਹਾਂਜੀ। ਠੀਕ ਆ, ਵਧੀਆ। ਕੁਛ ਤੁਸੀਂ ਮਤਲਬ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਲੱਗਦੀ ਫਿਰ? ਸਾਡੀ ਸੋਹਣੀ ਲੱਗਦੀ, ਜੈ ਜੈਕਾਰ ਆ। ਜੈ ਜੈਕਾਰ ਆ, ਮਤਲਬ ਕੋਈ ਗਿਲਾ ਨਹੀਂ ਹੈ ਜ਼ਿੰਦਗੀ 'ਤੇ? ਨਾ। ਠੀਕ ਆ, ਖੁਸ਼ ਹੋਏ ਜ਼ਿੰਦਗੀ 'ਚ? ਹਾਂਜੀ, ਜਿੰਨਾ ਮਿਲਦਾ ਠੀਕ ਆ। ਆਪਾਂ ਲਾਲਚ ਨਹੀਂ ਕਰੀਦਾ। ਲਾਲਚ ਨਹੀਂ ਕਰਦੇ? ਨਾ। ਆਪਣੇ ਬੱਚੇ ਵੀ ਵਿਆਹੇ ਹੋਣਗੇ? ਹਾਂ। ਇਸੇ ਕਮਾਈ 'ਚੋਂ? ਨਹੀਂ, ਟੈਂਪੂ ਤੋਂ ਵਿਆਹੇ ਆ। ਟੈਂਪੂ ਤੋਂ ਵਿਆਹੇ ਆ? ਹਾਂਜੀ। ਅਤੇ ਹੁਣ ਟੈਂਪੂ ਤੋਂ ਹੁਣ ਤੁਸੀਂ ਵੱਡੇ ਹੋ ਗਏ, ਫਿਰ ਇਹ ਕੰਮ 'ਚ ਕਰ ਲਿਆ ਵੀ ਚਲੋ ਇਹ ਕੰਮ ਕਰ ਲੈਂਦੇ? ਹਾਂਜੀ। ਟੈਂਪੂ ਨਹੀਂ ਚੱਲਦਾ ਹੁਣ? ਟੈਂਪੂ ਨੂੰ ਮੁੰਡਾ ਚਲਾਉਣ ਡਿਆ ਮੇਰਾ। ਅੱਛਾ, ਮੁੰਡਾ ਚਲਾਉਣ? ਹਾਂਜੀ। 3 ਲੱਖ ਦਾ ਲਿਆ ਵਾ। ਅੱਛਾ, 3 ਲੱਖ ਦਾ ਲਿਆ। ਪੈਸੇ ਇਸ ਤਰ੍ਹਾਂ ਥੋੜ੍ਹੇ ਥੋੜ੍ਹੇ ਰੋਜ਼ ਜੋੜਦੇ ਹੋਗੇ? ਹਾਂਜੀ, ਨਾਲ ਰੋਟੀ ਪਾਣੀ ਘਰ ਦਾ ਚੱਲਦਾ? ਚੱਲਦਾ, ਫਲ। ਅੱਛਾ, ਬੜਾ ਵਧੀਆ। ਕਰਦਾ ਮਕਾਨ ਆਪਣਾ? ਸਰ, ਇੱਕ ਘਰ ਮਕਾਨ ਆਪਣੇ ਆ। ਹਾਂ,
ਤਰਨ ਤਾਰਨ। ਅੱਛਾ ਅੱਛਾ, ਘਰਾਂ ਦੇ ਖਰਚੇ ਬੜੇ ਵੱਧ ਗਏ ਆ, ਤੇ ਫਿਰ ਕਿਸ ਤਰ੍ਹਾਂ ਪੈਸੇ ਜੋੜਦੇ ਕਿੱਦਾਂ ਜੀ? ਇਹ ਪੈਸਾ ਪਾਸਾ ਕਰਕੇ ਜੁੜ ਜਾਂਦਾ, ਮਾਲਕ ਨੇ ਦੇਈ ਜਾਂਦਾ, ਉਹ ਮਾਲਕ ਦੇਣ ਵਾਲਾ। ਅੱਛਾ, ਅਜੇ ਤੱਕ ਹੱਥ ਨਹੀਂ ਜਾਇਆ ਕਿਸੇ, ਕਿਉਂਕਿ ਅੱਛਾ ਹੱਥ ਨਹੀਂ ਅਜੇ ਤੱਕ ਮੰਗਿਆ ਨਹੀਂ ਕਦੇ ਨਾ, ਆਪਣੀ ਮਿਹਨਤ ਦੀ ਰੋਟੀ ਖਾਧੀ। ਹਾਂ, ਦਸ ਨੌਵਾਂ ਦੀ ਕਮਾਈ, ਦਸਾਂ ਨੌਵਾਂ ਦੀ ਕਮਾਈ ਖਾਧੀ ਹੈ। ਹਾਂ, ਉਹ 'ਤੇ ਯਕੀਨ ਹੈ ਪੂਰਾ? ਹਾਂ, ਮੰਗਣਾ ਨਹੀਂ ਕਿਸੇ? ਨਾ ਨਾ, ਕਦੀ ਨਹੀਂ ਮੰਗਿਆ, ਦੇ ਦੀਦਾ ਲੈ ਲਓ ਬਾਈ। ਅੱਛਾ, ਹਾਂ, ਔਰ ਜਿੰਨਾ ਚਿਰ ਸਿਹਤ ਠੀਕ ਰਹੇਗੀ ਇਸ ਤਰ੍ਹਾਂ ਕੰਮ ਕਰੋਗੇ? ਹਾਂ। ਅੱਛਾ ਜੇ ਬਾਈ ਦੇ ਮੈਂ ਕਹਾਂ ਵੀ ਤੁਸੀਂ ਲੋਕਾਂ ਨੂੰ ਇੱਕ ਇਸ ਥੋੜ੍ਹੀ ਕਮਾਈ ਜੋੜਦੇ ਵੀ ਜੇ ਕਮਾ ਕੇ ਵੀ, ਅਤੇ ਆਪਣੇ ਘਰ ਕਿੱਡਾ ਵਧੀਆ ਲੰਘਾਇਆ ਤੁਸੀਂ, ਪਰਿਵਾਰ ਵੀ ਵਧੀਆ ਚੱਲ ਰਿਹਾ, ਅਗਰ ਤੁਸੀਂ ਲੋਕਾਂ ਨੂੰ ਸੁਨੇਹਾ ਦਿਓ ਕੀ ਦਿਓਗੇ? ਐਂ ਕਹੂੰਗਾ ਵਧੀਆ ਪਰਿਵਾਰ ਚੱਲੂਗਾ। ਹਾਂਜੀ, ਕਈਆਂ ਦਾ ਚੱਲਦਾ ਵਾ। ਅੱਛਾ, ਕਈ ਬਾਹਰ ਜਾਂਦੇ ਮੁੰਡੇ ਦੁਬਈ ਜੀ, ਮੇਰਾ ਨਪੋਤਾ ਗਿਆ ਨੇ, ਹਾਂ ਹਾਂ, ਗਿਆ ਵਾ, ਹਾਂ ਹਾਂ, ਕੈਨੇਡਾ ਜੀ, ਉਹਨੂੰ 10 ਸਾਲ ਹੋ ਗਏ ਜੀ, ਰਾਜੀ ਫਿਰ ਫੋਨ ਕੀਤਾ ਮੈਂ, ਆਉਂਦਾ ਬਾਪੂ ਰਾਜੀ, ਮੈਂ ਕਿਹਾ ਉਹ। ਅੱਛਾ, ਰਾਜੀ ਆ। ਅੱਛਾ, ਇੱਕ ਦੁਬਾਰਾ ਆਪਣਾ ਪਿੰਡ ਦੱਸ ਦਿਓ। ਜਲਪੁਰ ਮੇਰਾ ਪਿੰਡ ਹੈਗਾ, ਦਦੇਰ ਸਾਹਿਬ। ਦਦੇਰ ਸਾਹਿਬ ਇਹ ਕਿਤੇ ਲੱਗੇ, ਕਿੱਥੇ ਜੇ ਆ? ਸਰਾਲੀ, 5 ਕਿਲੋਮੀਟਰ। ਸਰਾਲੀ ਤੋਂ 5 ਕਿਲੋਮੀਟਰ ਦੂਰ। ਤੁਹਾਡਾ ਨਾਂ ਕੀ ਆ? ਸੰਤੋਖ ਸਿੰਘ। ਸੰਤੋਖ ਸਿੰਘ ਆ, ਹਾਂਜੀ। ਸੋ ਵੀਰੇ, ਤੁਸੀਂ ਵੇਖਿਆ ਕਿ ਸੰਤੋਖ ਸਿੰਘ ਜਿਹੜਾ ਉਹ ਇਸ ਵੇਲੇ ਉਹ ਸਾਈਕਲ 'ਤੇ ਇਸ ਤਰ੍ਹਾਂ ਗੁਬਾਰੇ ਬੱਚਿਆਂ ਨੂੰ ਵੇਚਦਾ ਆ, ਔਰ ਇਹਨੇ ਕਿਹਾ ਮੈਂ ਜ਼ਿੰਦਗੀ 'ਚ ਆਪਣੀ ਮਿਹਨਤ ਦੀ ਕਮਾਈ ਖਾਂਦਾ, ਕਦੀ ਮੰਗ ਕੇ ਨਹੀਂ ਕਦੀ ਖਾਂਦਾ ਮੈਂ ਕਿਸੇ ਕੋਲੋਂ, ਔਰ ਜਿੰਨਾ ਚਿਰ ਪਰਮਾਤਮਾ ਸੇਧ ਦਊਗਾ ਔਰ ਮੈਂ ਇਸੇ ਤਰ੍ਹਾਂ ਹੀ ਪ੍ਰਸ਼ਾਦਾ ਪਾਣੀ ਛਕਦਾ ਰਹੂੰਗਾ ਔਰ ਮਿਹਨਤ ਕਰਦਾ ਰਹੂੰਗਾ।